ਰੱਖਿਆ ਮੰਤਰੀ ਰਾਜਨਾ ਸਿੰਘ ਨੇ ਰੱਖਿਆ ਖੇਤਰ ਨੂੰ ਸਫਤਵਾਦ ਅਲਾਟਮੈਂਟ ਦੇਣ ਲਈ ਖਜ਼ਾਨਾ ਮੰਤਰੀ ਨਿਰਮਲਾ ਸਿਤਾ ਰਮਨ ਦਾ ਧੰਨਵਾਦ ਕੀਤਾ ਹੈ ਸੋਸ਼ਲ ਮੀਡੀਆ ਪੋਸਟ ਚੋਣਾ ਕਿ ਦੇਸ਼ ਦਾ ਰੱਖਿਆ ਖਰਚ ਪਾਰ ਸਰਕਾਰ ਦੇ ਕੁੱਲ ਬਜਟ ਦਾ 12.9 ਫੀਸਦੋ ਵਾਦ 1.72 ਲੱਖ ਹਜ਼ਾਰ ਕਰੋੜਪੇ ਦਾ ਪੂੰਜੀ ਖਰਚ ਹਥਿਆਰਬੰਦ ਬਲਾਦੀਆਂ ਸਮਰਥਾਵਾਂ ਨੂੰ ਹੋਰ ਮਜ਼ਬੂਤ ਕਰੇਗਾ ਘਰੇਲੂ ਪੂੰਜੀ ਖਰੀਦ ਲਈ 1.5518.43 ਕਰੋੜਪੇ ਰਾਖਵੇਂ ਰੱਖੇ ਗਏ ਨੇ ਜਿਸ ਨਾਲ ਆਤਮ ਨਿਰਭਰਤਾ ਨੂੰ ਹੋਰ ਹੁਲਾਰਾ ਮਿਲੇਗਾ ਉਨਾ ਕਿਹਾ ਕਿ ਖੁਸ਼ੀ ਵਾਲੀ ਗੱਲ ਹੈ ਕਿ ਪਿਛਲੇ ਬਜਟ ਦੇ ਮੁਕਾਬਲੇ ਸਰਹੱਦੀ ਸੜਕਾਂ ਨੂੰ ਕੈਪੀਟਲ ਹੈਡ ਤਹਿਤ ਅਲਾਟਮੈਂਟ ਵਿੱਚ 30% ਵਾਧਾ ਦਿੱਤਾ ਗਿਆ ਹੈ ਬੀਆਰਓ ਨੂੰ ਅਲਾਟ ਕੀਤੇ ਗਏ 6500 ਕਰੋੜ ਰੁਪਏ ਦੇ ਫੰਡ ਦੇਸ਼ ਨੇ ਸਰਹੱਦੀ ਬੁਨਿਆਦੀ ਢਾਂਚੇ ਨੂੰ ਹੋਰ ਹੁਲਾਰਾ ਦੇਣਗੇ